ਅਜਕਾਉਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਹੁਣ ਅਸੀਂ ਅੱਜ ਦੇ ਮੁੱਖ ਖਬਰਾਂ ਤੇ ਇੱਕ ਨਜ਼ਰ ਮਾਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵਿੱਚ ਕਈ ਅਹਿਮ ਫੈਸਲੇ ਲਏ ਗਏ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਕੱਤਰਤਾ ਮਗਰੋਂ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਪੱਧਰ ਤੱਕ ਜ਼ੋਰਦਾਰ ਧਰਮ ਪ੍ਰਚਾਰ ਲਹਿਰ ਚਲਾ ਕੇ ਸ਼ਤਾਬਦੀ ਸਮਾਗਮਾਂ ਪ੍ਰਤੀ ਸੰਗਤ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਤਹਿਤ ਧਰਮ ਪ੍ਰਚਾਰਕ ਕਮਿਸ਼ਨ ਅਤੇ ਢਾਡੀ ਜਥੇ ਸੰਗਤਾਂ ਨੂੰ ਧਾਰਮਿਕ ਦੀਵਾਨਾਂ ਦੇ ਰਾਹੀਂ ਗੁਰੂ ਇਤਿਹਾਸ ਸਰਵਣ ਕਰਵਾਉਣਗੇ ਅਤੇ ਸਿਰਵਾਦ ਵਿਧੀ ਦੇ ਰਾਹੀਂ ਸੰਗਤਾਂ ਦੇ ਨਾਲ ਰਾਬਤਾ ਬਣਾਉਣਗੇ। ਇਸ ਦੇ ਨਾਲ ਹੀ ਸ਼ਤਾਬਦੀ ਸਮਾਗਮਾਂ ਸੰਬੰਧੀ ਸੰਤਾਂ ਮਹਾਂਪੁਰਖਾਂ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖਾਂ ਅਤੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਨਾਲ 3 ਅਪ੍ਰੈਲ ਨੂੰ ਇਕੱਤਰਤਾ ਕੀਤੀ ਜਾਵੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ 1 ਮਈ ਨੂੰ ਪ੍ਰਕਾਸ਼ ਪੁਰਬ ਸ਼ਤਾਬਦੀ ਦਾ ਮੁੱਖ ਸਮਾਗਮ ਯਾਦਗਾਰੀ ਹੋਵੇਗਾ, ਜਿਸ ਦੀਆਂ ਤਿਆਰੀਆਂ ਲਈ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਮੁਖੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਿੱਖ ਲੀਗਲ ਸਿੱਖ ਬੱਚਿਆਂ ਦੀਆਂ ਫੀਸਾਂ ਦੇਣ ਲਈ ਪੁੱਜੀਆਂ ਦਰਖਾਸਤਾਂ ਦੇ ਆਧਾਰ ਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਵੱਖ ਵੱਖ ਸੂਬਿਆਂ ਵਿੱਚ ਪੜ੍ਹਦੇ ਇਹਨਾਂ ਬੱਚਿਆਂ ਦੀਆਂ ਫੀਸਾਂ ਸਿੱਧੇ ਤੌਰ ਤੇ ਸਕੂਲਾਂ ਨੂੰ ਦਿੱਤੀਆਂ ਜਾਣਗੀਆਂ। ਇਸ ਲਈ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਖੁਦ ਜਾ ਕੇ ਸਕੂਲਾਂ ਦੇ ਨਾਲ ਨਾਲ ਸਿੱਖ ਲੀਗਲ ਪਰਿਵਾਰਾਂ ਤੱਕ ਪਹੁੰਚ ਕਰਨਗੇ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੋਰੋਨਾ ਮਹਾਂਮਾਰੀ ਦੇ ਸਰੂਪ ਦੇ ਪੱਧਰ ਦੇ ਪਤਾ ਕਰਨ ਲਈ ਭੇਜੇ ਗਏ 401 ਨਮੂਨਿਆਂ ਵਿੱਚੋਂ 81% ਨਮੂਨਿਆਂ ਵਿੱਚ ਯੂਕੇ ਦੇ ਕੋਵਿਡ ਦੀ ਕਿਸਮ ਪਾਈ ਗਈ ਹੈ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਲੋਕਾਂ ਨੂੰ ਕੋਵਿਡ ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੀਕਾਕਰਨ ਦਾ ਦਾਇਰਾ ਵਧਾ ਕੇ ਇਸ ਵਿੱਚ 60 ਵਰ੍ਹੇ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਾਮਲ ਕਰਨ ਦੀ ਆਖਿਆ, ਕਿਉਂਕਿ ਇਹ ਵਾਇਰਸ ਨੌਜਵਾਨ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਪਾਇਆ ਗਿਆ ਹੈ। ਤਾਜ਼ਾ ਸਥਿਤੀ ਵਿੱਚ ਚਿੰਤਾ ਜ਼ਾਹਿਰ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਗੱਲ ਦੀ ਲੋੜ ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਆਬਾਦੀ ਦੇ ਵੱਡੇ ਤਬਕੇ ਨੂੰ ਟੀਕਾਕਰਨ ਮੁਹਿੰਮ ਵਿੱਚ ਜਲਦ ਤੋਂ ਜਲਦ ਸ਼ਾਮਲ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ। ਉਹਨਾਂ ਧਿਆਨ ਦਿਵਾਇਆ ਕਿ ਮਾਹਰਾਂ ਵੱਲੋਂ ਮੌਜੂਦਾ ਕੋਵਿਸ਼ੀਲਡ ਦਵਾਈ ਨੂੰ ਯੂਕੇ ਦੇ ਵਾਇਰਸ B.1.17 ਲਈ ਬੇਹੱਦ ਕਾਰਗਰ ਪਾਇਆ ਗਿਆ ਹੈ। ਇਸ ਲਈ ਇਸ ਵਾਇਰਸ ਦੇ ਫੈਲਾਅ ਦੀ ਲੜੀ ਤੋੜਨ ਲਈ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਆਸ਼ੀਸ਼ ਬਾਗ ਸਿੰਘ ਅਤੇ ਸਾਥੀਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਸ਼ਹੀਦਾਂ ਨਾਲ ਸੰਬੰਧਿਤ ਇਤਿਹਾਸਕ ਸਰਦਾਨਾ ਸੁਨਾਮ ਕਰਕੜਕਾਲਾ, ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਫਤਿਹਗੜ੍ਹ ਸਾਹਿਬ, ਸਰਾਭਾ, ਜਲਿਆਂਵਾਲਾ ਬਾਗ, ਹੁਸੈਨੀਵਾਲਾ, ਸ਼੍ਰੀ ਚਮਕੌਰ ਸਾਹਿਬ ਤੋਂ ਮਿੱਟੀ ਇਕੱਠੀ ਕਰਕੇ ਸਿੰਘ ਉੱਤੇ ਟਿਕਰੀ ਬਾਰਡਰਾਂ 'ਤੇ ਲਿਆਂਦੀ ਗਈ। ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਲਾਈਆਂ ਗਈਆਂ ਸਟੇਜਾਂ 'ਤੇ ਮਿੱਟੀ ਨੂੰ ਸੁਸ਼ੋਭਿਤ ਕੀਤਾ ਗਿਆ ਅਤੇ ਹਾਜ਼ਰ ਲੋਕਾਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸੇਧ ਲੈ ਕੇ ਕਿਸਾਨ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਭਾਰਤ ਜਮਹੂਰੀ ਮੁਲਕ ਹੈ ਅਤੇ ਇੱਥੇ ਇਤਿਹਾਸ ਗਵਾਹ ਹੈ ਕਿ ਲੋਕਾਂ ਦੇ ਏਕੇ ਨੇ ਹਰ ਸੰਘਰਸ਼ ਜਿੱਤਿਆ ਹੈ। ਸਿਆਸੀ ਪਾਰਟੀਆਂ ਨੇ ਵੀ ਅੱਜ ਸਮਾਗਮ ਕਰਵਾਏ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮੋਦੀ ਨੇ ਵੀਡੀਓ ਸਾਂਝਾ ਕਰਦਿਆਂ ਟਵੀਟ ਕੀਤਾ, ਆਜ਼ਾਦੀ ਦੇ ਕ੍ਰਾਂਤੀ ਦੂਤ ਅਮਰ ਸ਼ਹੀਦ ਵੀਰ ਭਗਤ ਸਿੰਘ, ਸੁਖਦੇਵ ਸਿੰਘ ਤੇ ਰਾਜਗੁਰੂ ਨੂੰ ਸ਼ਹੀਦ ਦਿਵਸ ਤੇ ਸਲਾਮ ਕੀਤਾ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੇ ਅਤੇ ਕੁਲਵੀਰ ਜੀਰਾ ਦੀ ਅਗਵਾਈ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਆਮ ਲੋਕਾਂ ਨੇ ਹੁਸੈਨੀਵਾਲਾ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਂ ਲੋਕ ਸਭਾ ਤੇ ਰਾਜ ਸਭਾ ਵਿੱਚ ਵੀ ਗੂੰਜਿਆ। ਲੋਕ ਸਭਾ ਵਿੱਚ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਤੋਂ ਸ਼ਹੀਦ ਦੇ ਨਾਮ ਤੇ ਕੋਈ ਵੱਡੀ ਯੋਜਨਾ ਦਾ ਐਲਾਨ ਕਰਨ ਦੀ ਮੰਗ ਕੀਤੀ, ਜਦੋਂ ਕਿ ਰਾਜ ਸਭਾ ਦੇ ਵਿੱਚ ਰਾਸ਼ਟਰੀ ਜਨਤਾ ਦਲ ਮੈਂਬਰ ਮਨੋਜ ਝਾ ਨੇ ਕੇਂਦਰੀ ਯੂਨੀਵਰਸਿਟੀ ਵਿੱਚ ਭਗਤ ਸਿੰਘ ਦੇ ਨਾਂ ਦੇ ਚੇਅਰ ਸਥਾਪਿਤ ਕਰਨ ਦੀ ਮੰਗ ਕੀਤੀ। ਲੋਕ ਸਭਾ ਦੀ ਬੈਠਕ ਦੀ ਸ਼ੁਰੂਆਤ ਤੋਂ ਥੋੜ੍ਹੀ ਦੇਰ ਬਾਅਦ ਬਿੱਟੂ ਨੇ ਕਿਹਾ ਕਿ ਅੱਜ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ, ਉਹਨਾਂ ਦੀ ਸ਼ਹਾਦਤ 99 ਸਾਲਾਂ ਦੀ ਹੋ ਗਈ ਹੈ। ਮੈਂ ਕਾਂਗਰਸ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ। ਅੱਜ ਜ਼ਿੰਮੇਵਾਰੀ ਹੈ ਕਿ ਜੋ ਉਹਨਾਂ ਨੇ ਕੁਰਬਾਨੀ ਕੀਤੀ ਉਸ ਨੂੰ ਕਿਵੇਂ ਬਚਾ ਕੇ ਰੱਖਣਾ ਹੈ। ਸਰਕਾਰ ਨੂੰ ਅਪੀਲ ਹੈ ਕਿ ਉਹ ਅੱਜ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਕੋਈ ਵੱਡੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕਰੇ। ਰਾਜ ਸਭਾ ਵਿੱਚ ਮਨੋਜ ਝਾ ਨੇ ਸ਼ਹੀਦ ਆਜ਼ਮ ਦੇ ਨਾਮ 'ਤੇ ਕਿਸੇ ਵੀ ਕੇਂਦਰੀ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕਰਨ ਦੀ ਮੰਗ ਕੀਤੀ। ਕਣਕੇ ਸੀਜ਼ਨ ਵਿੱਚ ਵਧੀਆ ਝਾੜ ਦੇ ਲਈ ਆਸਮਾਨ ਦੇ ਬੈਠੇ ਕਿਸਾਨਾਂ ਨੂੰ ਕੁਦਰਤ ਨੇ ਚੰਬ ਦਿੱਤਾ ਹੈ। ਪਿਛਲੇ 2 ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਾਰਿਸ਼ ਤੋਂ ਬਾਅਦ ਸੋਮਵਾਰ ਮੰਗਲਵਾਰ ਦੀ ਦਰਮਿਆਨੀ ਰਾਤ ਚੱਲੀਆਂ ਤੇਜ਼ ਹਵਾਵਾਂ ਨੇ ਪੱਕੜ ਕਿਨਾਰੇ ਖੜ੍ਹੀ ਫਸਲ ਨੂੰ ਜ਼ਮੀਨ 'ਤੇ ਵਿਛਾ ਕੇ ਰੱਖ ਦਿੱਤਾ ਹੈ। 2019 ਤੋਂ ਬਾਅਦ ਇਸ ਵਾਰ ਕਿਸਾਨਾਂ ਨੂੰ ਕਣਕ ਦੀ ਵਾਢੀ ਤੋਂ ਪਹਿਲਾਂ ਇਹ ਵੱਡੀ ਮਾਰ ਪਈ ਹੈ। ਕਿਸਾਨਾਂ ਨੇ ਦੱਸਿਆ ਕਿ 2 ਦਿਨ ਲਗਾਤਾਰ ਬਾਰਿਸ਼ ਹੋਣ ਕਾਰਨ ਜ਼ਮੀਨ ਪੋਲੀ ਹੋ ਗਈ ਸੀ, ਜਿਸ ਕਾਰਨ ਮਿੱਟੀ ਦੀ ਪਕੜ ਫਸਲ ਦੀ ਜੜ੍ਹ ਤੋਂ ਕਮਜ਼ੋਰ ਹੋ ਗਈ ਅਤੇ ਬੀਤੀ ਰਾਤ ਚੱਲੀਆਂ ਤੇਜ਼ ਹਵਾਵਾਂ ਨੇ ਫਸਲ ਨੂੰ ਹੇਠਾਂ ਸੁੱਟ ਕੇ ਬਰਬਾਦ ਕਰ ਦਿੱਤਾ। ਜੇ ਤੁਸੀਂ ਵੀ ਮਾਰੂਤੀ ਸਯੂਕੀ ਕੰਪਨੀ ਦੀ ਨਵੀਂ ਕਾਰ ਖਰੀਦਣ ਦੀ ਪਲਾਨ ਕਰ ਰਹੇ ਹੋ ਤਾਂ ਇਸ ਮਹੀਨੇ ਕਾਰ ਖਰੀਦਣਾ ਫਾਇਦੇ ਵਿੱਚ ਹੋਵੇਗਾ, ਕਿਉਂਕਿ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸਯੂਕੀ 1 ਅਪ੍ਰੈਲ ਤੋਂ ਆਪਣੀ ਕਾਰਾਂ ਦੀ ਕੀਮਤ ਵਧਾਉਣ ਜਾ ਰਹੀ ਹੈ। ਕੰਪਨੀ ਵੱਲੋਂ ਕਿਹਾ ਗਿਆ ਕਿ ਵੱਧ ਰਹੇ ਕੱਚੇ ਮਾਲ ਦੇ ਖਰਚਿਆਂ ਦੇ ਕਾਰਨ ਅਗਲੇ ਮਹੀਨੇ ਤੋਂ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ।
कैनेडा तो बुरी खबर सामने आ रही है। कैनेडा के शहर रिचमन में दो पंजाबी भरावों को साड़ के मार दिया गया। उन्होंने पछाण चेतन ढींसा और उन्होंने छोटे भरा जोबन ढींसा वजों हुई है। हमलावरों वालों घर में अग लाई जाने मौके दोवें भरा घर में सुते हुए सन। पुलिस अनुसार अद्धी रात मगरों रिचमन के पूर्वी खेत्र में फ्रेज दरिया के अलैक्स पुल नेड़े खेत्र में घर में अग लगन की सूचना मिली थी, जिसनों पुलिस दल से अग बुझाऊ अमले ने काफ़ी जद्दोजहद मगरों बुझाया। सवेर होने मलबे में दो पुरुषों की लाशा मिली। गुआढ़ियों ने पुलिस को दसा कि अग लगन तो पहला उन्होंने गोलियां चलने की आवाज़ भी सुनी। दो दिनों की जांच के मगरों पुलिस ने अज लाशा की शनाख्त जारी की। पुलिस की तर्जमान लारा जैनसन अनुसार दोवें भरा इतों की गैंगवाद के शिकार हो गए हैं। उन्होंने मुताबिक इन्होंने दोवों विरुद्ध भी पुलिस केस दर्ज है, जिस तो स्पष्ट है कि किसी वालों घर अग उन्होंने मारने ही लगाई गई होगी। पेट्रोल के डीजल या समान को छूने की कीमतों तो लोग परेशान हैं। देश के कुछ हिस्सों में पेट्रोल की कीमत 100 रुपए तो भी पार हो गई है, उतने दूजे पास डीजल की कीमत 90 रुपए तो पार हो गई है। अजि स्थिति में आम लोगों में यह प्रश्न लगातार उठ रहा है कि वह कदों तक ईंधन दी वधिया कीमतों तो राहत प्राप्त कर सकेंगे, अजह होगा भी या नहीं। केंद्रीय वित्त मंत्री निर्मला सीतारमन ने कहा, जितों तक पेट्रोल डीजल के टैक्स का सवाल है, केंद्र और राज दोवें ही टैक्स लगाते हैं। राज सरकार टैक्स में हिस्सा लेंदी हैं और उस वेच केंद्र सरकार का भी हिस्सा होंगे। केंद्रीय वित्त मंत्री ने अगे कहा कि जे राज सरकार चाहती हैं तो इस मुद्दे से पेट्रोल डीजल में GST में शामिल करने अगली GST कौंसल की बैठक में विचारा जा सकता है। सरदार शहीद भगत सिंह वेलफेयर सोसायटी नाभा वालों शहीद आजम भगत सिंह की याद में ताज़ा करते हुए शहीद भगत सिंह, सुखदेव सिंह और राजगुरु का शहीदी दिहाड़ा मनाया गया और मोदी सरकार के काले कानूनों के खिलाफ नारेबाजी भी की गई। इस सोसायटी वालों केसरी झंडा भी लहराया गया। इस मौके प्रेस नाल गलबात कर रहे सोसायटी के प्रधान परमजीत सिंह तूही ने दसिया कि हर साल इस तरह शहीद भगत सिंह चौंक नाभा विखे शहीदों की याद में ताज़ा किया जाता है। सोसायटी वालों केसरी झंडा लहराया गया है और नाल ही किसानी झंडे भी लहराए गए हैं। उन्होंने कहा कि हर साल की तरह साड़ी सोसायटी वालों शहीद भगत सिंह जी का जन्म दिहाड़ा और शहीदी दिहाड़ा मनाया जाता है। उन्होंने नौजवान पीढ़ी को मैसेज दिंदा कहा कि सानू शहीदों की याद करते रहना चाहिए, जिन्होंने देश के लिए इन्नी वड्डी कुर्बानियां कीतियां ने। नौजवान पीढ़ी को जागरूक करना चाहना भी जोड़े शहीदी दिन ने, जिमें शहीद आजम शहीद भगत सिंह, राजगुरु, सुखदेव या ऊधम सिंह के होंगे, इन्हों नौजवान पीढ़ी में बद चढ़ के मना चाहिए, क्योंकि जोड़िया सरकार ने वह शहीदों भुल चुकिया ने, शहीदों यादगार बना सरकार भुल चुकिया ने। सरकार सिर्फ अपन कुर्सियों का जी भी सरकार उनके आनंद माणती आ, जिन्हों कुरबानियां ने देश लिए, जिन्हों ने देश लिए अपनी जाना वार दियां, उन्होंने सरकार अज याद नहीं करती। ना ही कोई उन्होंने ना तो कॉलेज, ना कोई स्कूल, ना कोई हवाई अड्डा, कुछ नहीं बन रहा, सिर्फ पीटी काले लोगों के नाम से ही जिहड़ियां यादगारां ने बनाईया जा रही ने। इस दा सानू नौजवान पीढ़ी नू बहुत दुख आ, क्योंकि असीं वोट पा के चुनदे आ भी साडे देश दे लई साडे जिहड़े कुरबान होए ने शहीद, उन्हां नू सरकार याद करू, उन्हां लई कुछ कोई अजायब घर जां कोई म्यूजियम बनाऊगी, पर नहीं बना रही सरकार ने, सिर्फ अपनी वोटां तक और अपनी कुर्सी तक ही सीमित रख्या होया। नौजवान पीढ़ी नूं असीं संदेश देना चाहुंदे आ भी इह सिर्फ हुण मैनूं इह लगदा भी नौजवान पीढ़ी दी ही जिम्मेवारी बन गई, उन्हां नूं ही अगे आ के इन्हां दीआं कुरबानियां दा जिहड़ा मुल पाउणा पऊगा, इन्हां दीआं कुरबानियां नूं याद करके बच्चे बच्चे तक जिहड़े आउण वाली पीढ़ी आ उहदे तक पहुँचाउणा पऊगा, क्योंकि यह जिम्मेवारी हुण जिहड़ी नौजवान पीढ़ी दे गल पै चुकी आ। मैं नौजवानों नूं अपील करदा कि तुसीं वध तों वध शहीदां दे शहीदी दिन ते जन्मदिन मनाया करो, तां जो सरकारां नूं जां जिहड़े उपर कुर्सियां दा आनंद माणन नूं पता होवे वी इन्हां दे विच अज वी भगत सिंघ होरीआं वर्गा जज्बा जिहड़ी गुड़ती आ भगत सिंह होरीआं दी ही दित्ती हुई आ, वह अज तक यह नौजवान नहीं भुले। मैं पीढ़ी नूं चाहुंदा वी इस तरह याद करिया करो। शहीद भगत सिंह का शहीदी पुरब है, राजगुरु सुखदेव जिन्होंने साढ़े लिए कुरबानियां कीतियां, असी उन्हां दी कुरबानी देख ही आनंद माण रहे हाँ। ये अजकल दे बच्चे नूं जो नशियां ते प्रति हो गए ने, अपने विरसे नूं भुल गए, उन्होंने कहना चाहनी हाँ भी तुसी नौजवानों शहीदां दी सोच ते पहरा दो, पहरा दोगे जे तुसी तां ही पंजाब दा किसान सारा किसान सारे बचणगे, क्योंकि थोनू पता ही है मोदी सरकार जालम सरकार उपर बैठी है, वह साढ़े हक खोना चाहती है। जे असी शहीदों के जन्मदिन शहीदी पुरब सब मनावांगे, करतार सिंह सराबा भगत सिंह ने साढ़े लिए कुरबानी की है, इस करके जे असी मनावांगे उन्होंने याद रखांगे तां ही असी अगे कुछ कर सकांगे, तां साडे विच इन्हां जालम हाकमां विरुद्ध लड़न लई जज्बा पैदा होगा। शहीद भगत
शहीद भगत सिंह का अज शहीद पुरब है। सारियां मैं कहनी हाँ बच्चों नौजवानों नू सारे अगे हो ते एक मैं प्रशासन को मांग करती हाँ क्योंकि यह चौंक शहीद भगत सिंह के नाम से रख्या होया पर इसका कोई नाम नहीं लैंदा। प्रशासन नू बेनती करती हाँ कि इत्थे कोई अजिही उन्हां दी यादगार स्थापित की जाए ताकि सारे लोग उन्होंने याद कर नंगण इधरों उधरों चारे पासों जा नंगण उन्होंने नमस्कार कर जिन्होंने साढ़े लिए कुर्बानी की असी उन्होंने हर टाइम याद कर सकी। प्रशासन को मेरी पूर जोर मंग है भी इस चौंक के कोई उन्होंने यादगार स्थापित की जाए। धन्यवाद। सच लई मेरे पुत्रां ने जद हक किसे तो मंगे समय दियां सरकारां ने सब फड़के सूली टंगे सच नूं फांसी झूठ नूं रुतबे मैडल तमगे लाए इन्ने सस्ते घटिया मेरे पुत्रां दे मुल पाए आजादी दे झूठे आगू कुर्सी लैके बह गए राजगुरु सुखदेव भगत सिंह फुल्लां जोगे रह गए। अज तिन्हां दा महान शहीदां दा शहीदी दिन है लेकिन बड़े अफसोस की गल है कि जिस लई उन्होंने कुर्बानियां दित्तियां देश आजाद कराया लेकिन उन्होंने सुपने पूरे नहीं होए। साडा किसान वीर दिल्ली दी सरहदां ते एक साल तो रुल रहा है सरकारां दे कन्न दी कोई जूझ नहीं सिरक रही नौजवान बेरोजगार हो रहा है नशे दा पसारा हो रहा है ये सब खत्म करन लई सानू साडे नौजवानों नू अगे आना पवेगा। धन्यवाद। सो हुण अज दीआं खबरां समाप्त करदे आं। धन्यवाद।